ਮੋਹਾਲੀ ਦੇ ਪਿੰਡ ਲਖਨੌਰ ਦੀ ਫਰਨੀਚਰ ਮਾਰਕੀਟ 'ਚ ਦੇਰ ਰਾਤ ਭਿਆਨਕ ਅੱਗ ਲੱਗ ਗਈ। ਇਸ ਘਟਨਾ ਦੌਰਾਨ ਪੂਰੀ ਮਾਰਕੀਟ ਸੜ ਕੇ ਸੁਆਹ ਹੋ ਗਈ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 20 ਦੇ ਕਰੀਬ ਗੱਡੀਆਂ ਮੌਕੇ 'ਤੇ ਪਹੁੰਚੀਆਂ। ਅੱਗ ਬੁਝਾਉਣ ਲਈ 3-4 ਘੰਟਿਆਂ ਦਾ ਸਮਾਂ ਵੀ ਲੱਗ ਗਿਆ। ਇਸ ਘਟਨਾ ਕਾਰਨ ਮਾਰਕੀਟ ਦੀਆਂ ਕਰੀਬ 50 ਦੁਕਾਨਾਂ 'ਤੇ 20 ਤੋਂ 25 ਕਰੋੜ ਰੁਪਏ ਦਾ ਫਰਨੀਚਰ ਸੜ ਕੇ ਸੁਆਹ ਹੋ ਗਿਆ। ਸਿਰਫ ਇੰਨਾ ਹੀ ਨਹੀਂ, ਮਾਰਕੀਟ 'ਚ ਖੜ੍ਹੇ ਵਾਹਨ ਵੀ ਇਸ ਅੱਗ ਦੀ ਚਪੇਟ ਵਿੱਚ ਆ ਗਏ। ਇਸ ਘਟਨਾ ਕਾਰਨ ਲੋਕਾਂ 'ਚ ਹੜਕੰਪ ਮਚਿਆ ਹੋਇਆ ਹੈ। ਫਿਲਹਾਲ ਅੱਗ ਕਿਸ ਕਾਰਨ ਲੱਗੀ ਹੈ ਇਸ ਦਾ ਹਜੇ ਤੱਕ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ 'ਚ ਕਾਫੀ ਉਦਾਸੀ ਦਾ ਮਾਹੌਲ ਛਾਇਆ ਹੋਇਆ ਹੈ। ਇਸ ਦੇ ਬਾਰੇ ਮੈਂ ਕਹੂੰਗਾ, ਅਰਲੀ ਮਾਰਨਿੰਗ ਸਾਰੇ ਜਿਹੜਾ ਆਪਣੇ ਦੇ ਬਾਰੇ ਪਤਾ ਲੱਗ ਸਕਦਾ ਤੇ ਫਾਇਰ ਅਫਸਰ ਸਾਹਿਬ ਜੀ ਸਾਹਿਬ ਜਿਹੜਾ ਜਿੱਦਾਂ ਆਪਣੇ ਦਫ਼ਤਰੀ ਆਉਂਦਾ ਹੈ ਉਹਨਾਂ ਨੇ ਫਟਾਫਟ ਮੌਕੇ 'ਤੇ ਪਹੁੰਚ ਕੇ ਅੱਗ ਬੁਝਾਉਣ ਦੀ ਕਰ ਦਿੱਤੀ। ਅਤੇ ਕੀ ਪਤਾ ਲੱਗਿਆ ਹੁਣ ਤੱਕ ਕੀ ਕਾਰਨ ਲੈ ਰਹੀ ਆ? ਕਾਰਨ ਤਾਂ ਇਹਦੇ ਬਾਰੇ ਨਹੀਂ ਪਤਾ ਲੱਗਿਆ, ਪਰ ਹੋ ਸਕਦਾ ਜੀ ਕੋਈ ਲੇਬਰ ਵਗੈਰਾ ਹੋਵੇਗਾ, ਰੋਟੀ ਰਾਟੀ ਪਕਾ ਰਹੀ ਹੋਵੇ, ਉਸ ਕਰਕੇ ਅੱਗ ਲੱਗੀ ਹੋਵੇ। ਐਗਜੈਕਟ ਕਾਰਨ ਤਾਂ ਕੀ ਹੈ ਚਲੇ ਨੇ? ਅਤੇ ਕਿੰਨੀਆਂ ਕੁ ਦੁਕਾਨਾਂ ਸੜ ਕੇ ਸਵਾਹ? 40 ਤੋਂ ਲੈ ਕੇ 45 ਦੁਕਾਨਾਂ ਜੀ। ਮੋਹਾਲੀ ਤੋਂ ਮੇਜ਼ਰ ਅਲੀ, ਜੀਵੇ ਪੰਜਾਬ ਟੀਵੀ।